ਇਸ ਵਕਤ ਅਸੀਂ ਖੜੇ ਆ ਹਲਕਾ ਦਸੂਹਾ ਦੀ ਕੰਡੀ ਕਨਾਲ ਨਹਿਰ ਦੇ ਉਤੇ ਤੇ ਅੱਜ ਸਭ ਤੋਂ ਵੱਡੀ ਇੱਕ ਪ੍ਰਸ਼ਾਸਨ ਦੀ ਲਾਪਰਵਾਹੀ ਦਿਖਾਉਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਦਿਖਾ ਦੇਣ ਕੰਡੀ ਕਨਾਲ ਨਹਿਰਿਆ ਜੋ ਕਿ ਤਲਵਾੜੇ ਤੋਂ ਹੁਸ਼ਿਆਰਪੁਰ ਨੂੰ ਜਾਂਦੀ ਹੈ ਤੇ ਇਸ ਦੇ ਕਿਨਾਰੇ-ਕਿਨਾਰੇ ਜੋ ਸੜਕ ਹੈ ਉਹ ਲਗਭਗ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਤੇ ਕਈ ਵੱਡੇ ਹਾਦਸੇ ਵੀ ਇਸ ਨਹਿਰ ਵਿੱਚ ਵਾਪਰ ਚੁੱਕੇ ਆ ਆਏ ਦਿਨ ਕਾਰਾਂ ਡਿਗਣ ਦੀਆਂ ਵਾਰਦਾਤਾਂ ਹੋਈਆਂ ਜਿਸ ਵਿੱਚ ਕਈ ਲੋਕੀ ਆਪਣੀ ਜਾਨਾਂ ਵੀ ਗਵਾ ਚੁੱਕੇ ਨੇ ਪਰ ਪ੍ਰਸ਼ਾਸਨ ਜਿਹੜਾ ਆ ਕੁੰਭ ਕਰਨੀ ਨੀਂਦ ਸੁਤਾ ਹੋਇਆ ਤੇ ਉੱਥੇ ਹੀ ਦੂਜੇ ਪਾਸੇ ਦੱਸਿਆ ਕਿ ਇਹ ਜਿਹੜੀ ਸੜਕ ਆ ਇਹ ਤਲਵਾੜੇ ਤੱਕ ਜੇ ਆਪਾਂ ਗੱਲ ਕਰੀਏ ਤੇ ਜ਼ਿਆਦਾਤਰ ਇਸੇ ਤਰ੍ਹਾਂ ਜਿਹੜੀ ਸੜਕ ਦੇ ਬਿਲਕੁਲ ਕਿਨਾਰਾ ਜਿਹੜਾ ਆ ਉਹ ਪੂਰੀ ਤਰ੍ਹਾਂ ਟੁੱਟ ਚੁੱਕਿਆ ਆ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਬਿਲਕੁਲ ਪੁੱਟ ਚੁੱਕਿਆ ਤੇ ਬਿਲਕੁਲ ਹੀ ਨਜ਼ਦੀਕ ਨਹਿਰ ਹੈ ਤੇ ਹਾਲ ਫਿਲਹਾਲ ਨਹਿਰ ਵਿੱਚ ਪਾਣੀ ਤੇ ਬੰਦਿਆ ਪਰ ਦੁਰਘਟਨਾ ਵਾ ਵਾਪਰਦੀਆਂ ਰਹਿੰਦੀਆਂ ਨੇ ਜ਼ਿਕਰਯੋਗ ਇਹ ਗੱਲ ਇਹ ਆ ਕਿ ਇਸੇ ਸੜਕ ਤੋਂ ਆਏ ਦਿਨ ਸਕੂਲੀ ਬੱਚਿਆਂ ਦੀਆਂ ਕਈ ਵੱਡੀ ਗਿਣਤੀ ਵਿੱਚ ਬੱਸਾਂ ਵੀ ਲੰਘਦੀਆਂ ਨੇ ਪਰ ਪ੍ਰਸ਼ਾਸਨ ਹਜੇ ਵੀ ਕੰਬ ਕਰਨੀ ਨਹੀਂ ਸੁਤਾ ਹੈ ਦੱਸ ਦਈਏ ਕਿ ਜਿਕਰ ਹੋ ਗਾਲੀ ਇਹ ਵੀ ਹੈ ਕਿ ਸਥਾਨੀਏ ਲੋਕ ਜੋ ਰਾਹਗੀਰ ਨੇ ਪਿੰਡ ਵਾਸੀ ਨੇ ਉਹ ਕਈ ਵਾਰ ਪ੍ਰਸ਼ਾਸਨ ਅੱਗੇ ਇਸ ਸੜਕ ਨੂੰ ਰਿਪੇਅਰ ਕਰਨ ਦੀ ਮੰਗ ਵੀ ਕਰ ਚੁੱਕੇ ਨੇ ਤੇ ਖਾਸ ਕਰਕੇ ਸੇਫਟੀ ਵਾਲ ਦੀ ਮੰਗ ਕੀਤੀ ਜਾਂਦੀ ਹੈ ਕਿਉਂਕਿ ਜਦੋਂ ਦੋ ਸੜਕਾਂ ਦੋ ਕਾਰਾਂ ਜਿਹੜੀਆਂ ਆਪਸ ਵਿੱਚ ਕ੍ਰੋਸ ਹੁੰਦੀਆਂ ਗੱਡੀਆਂ ਤੇ ਇੱਕ ਗੱਡੀ ਜਿਹੜੀ ਆ ਉਸ ਦਾ ਬਿਲਕੁਲ ਜੋ ਸੜਕ ਦੇ ਕਿਨਾਰੇ ਹੁੰਦੀ ਹੈ ਉਸ ਦਾ ਡਰ ਹੁੰਦਾ ਕਿ ਕਿਸੇ ਵਕਤ ਵੀ ਉਹ ਨਹਿਰ 'ਚ ਗਿਰ ਜਾ ਸਕਦੀ ਹੈ ਇਸ ਕਰਕੇ ਸਥਾਨੀਏ ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਇਸ ਨਹਿਰ ਦੀ ਮੁਰੰਮਤ ਕਰਾਣੀ ਚਾਹੀਦੀ ਹੈ ਤਾਂਕਿ ਕੋਈ ਵੱਡਾ ਹਾਸਾ ਨਾ ਵਾਪਰ ਜਾਵੇ ਤੇ ਜਿਹੜੀ ਕੰਡੀਸ਼ਨ ਹੈਗੀ ਹੈ ਸਾਡੇ ਰੋਡ ਦੀ ਦਤਾਰਪੁਰ ਤੋਂ ਲੈ ਕੇ ਢਿੱਲੇ ਤੱਕ ਬਹੁਤ ਹੀ ਡੇਂਜਰਸ ਹੈਗੀ ਹੈ ਇੱਥੇ ਬਹੁਤ ਜ਼ਿਆਦਾ ਕੈਜ਼ੂਲਟੀਜ਼ ਹੋਈਆਂ ਨਾ ਕਈ ਕਾਰਾਂ ਜਿਹੜੀਆਂ ਹੈਗੀਆਂ ਨੇ ਇਸ ਨਹਿਰ ਦੇ ਵਿੱਚ ਗਈਆਂ ਜਿਹੜਾ ਕਿ ਸਹਿਯੋਗ ਸਾਡੇ ਪਿੰਡਾਂ ਦੇ ਬੰਦਿਆਂ ਨੇ ਸਹਿਯੋਗ ਦੇ ਨਾਲ ਉਹਨਾਂ ਨੂੰ ਕੱਢਿਆ ਗਿਆ ਪ੍ਰਸ਼ਾਸਨ ਵੱਲੋਂ ਕੋਈ ਵੀ ਮਦਦ ਇੱਥੇ ਨਹੀਂ ਹੈ ਨੇੜੇ ਤੇੜੇ ਨਾਂ ਤੇ ਤਲਵਾੜੇ ਕੋਈ ਹੈਗਾ ਨਾ ਕੋਈ ਦਸੂ ਹੈ ਨਾ ਹੀ ਕੋਈ ਤਾਂ ਦਾ ਸਿਸਟਮ ਹੈ ਕਿ ਡੁੱਬੀ ਹੋਈ ਕਾਰ ਨੂੰ ਕੋਈ ਕਢਾਲ ਸਕੇ ਪਿਛਲੇ ਸਾਲ ਸਾਡੇ ਇੱਥੇ ਸਾਹਮਣੇ ਇੱਕ ਕੁੜੀ ਹੈ ਬੈਗੋਵਾਲ ਦੀ ਜਿਹੜੀ ਕਿ ਇੱਥੇ ਸਾਡੇ ਸਾਹਮਣੇ ਉਹਨਾਂ ਦੀ ਡੈਥ ਹੋਈ ਅਸੀਂ ਕੁਝ ਨਹੀਂ ਕਰ ਸਕੇ ਗੁਜਰ ਭਰਾਵਾਂ ਨੇ ਬੜੀ ਮਦਦ ਕੀਤੀ ਲੇਕਿਨ ਉਹ ਵੀ ਉਹਦੀ ਵਿਚਾਰੀ ਜਵਾਨ ਕੁੜੀ ਸਾਡੇ ਸਾਹਮਣੇ ਚਲੀ ਗਈ ਉਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਡੰਗਰ ਜਿਹੜੇ ਹੈਗੇ ਨੇ ਪੈਂਦੇ ਨੇ ਸਾਡੇ ਜਿਹੜੇ ਕੰਢੀ ਏਰੀਆ ਦੇ ਲੋਕ ਹੈਗੇ ਨਾ ਆਪਣੀ ਦਿਯਾਲਤਾ ਕਰਕੇ ਇਹ ਉਹਨਾਂ ਨੂੰ ਨਿਕਾਲਦੇ ਆ ਵਿਚਾਰੇ ਬੇਜਾਨ ਜਿਹੜੇ ਹੈਗੇ ਨਾ ਤੇ ਮੈਂ ਇਹੀ ਗੁਜਾਰਿਸ਼ ਕਰਦਾ ਆਪਣੇ ਪ੍ਰਸ਼ਾਸਨ ਨੂੰ ਤੇ ਸਾਰੇ ਮਹਿਕਮਿਆਂ ਨੂੰ ਖਾਸ ਤੌਰ ਪਰ ਆਪਣੇ ਸੀਐਮ ਜੀ ਕਿਨਾਰਾਗਾ ਜੀ ਅੱਗੋਂ ਕੋਈ ਬੱਸ ਆ ਜੇ ਜਿੱਦਾਂ ਜਾਂ ਕੋਈ ਛੋਟੀ ਗੱਡੀ ਆ ਜੇ ਵੱਡੀ ਗੱਡੀ ਆ ਜੇ ਸਾਨੂੰ ਸਾਈਡ ਦੇ ਵਿੱਚ ਬਹੁਤ ਵੱਡੀ ਦਿੱਕਤ ਹੁੰਦੀ ਹੈ ਜੀ ਡਰ ਹਮੇਸ਼ਾ ਇਹੀ ਲੱਗਾ ਰਹਿੰਦਾ ਕਿ ਕਦੀ ਟਾਇਰ ਨਾਲ ਥੱਲੇ ਉਤਰ ਜੇ ਕੋਛ ਨਾ ਹੋ ਜੇ ਸਰਕਾਰ ਨੂੰ ਜੀ ਇਹੀ ਚਾਹੀਦਾ ਬਤ ਤੋਂ ਬਾਦ ਕੀ ਇਹ ਜਿਹੜਾ ਕਿਨਾਰਾ ਨਹਿਰ ਦਾ ਇਹਨੂੰ ਬਤ ਤੋਂ ਬਾਦ ਠੀਕ ਕੀਤਾ ਜਾਏ ਜਿਆਦਾ ਭਾਈ ਇੱਥੇ ਐਕਸੀਡੈਂਟ ਇੰਨੇ ਹੁੰਦੇ ਆ ਹੱਦ ਹੱਦ ਨਾਲ ਜਿਆਦਾ ਹੁੰਦੇ ਆਲੇ 15-20 ਦਿਨ ਪਹਿਲਾਂ ਦੀ ਗੱਲ ਹੈ ਜੀ ਉਹ ਸਾਡੇ ਅੱਗੇ ਨਹਿਰਾ ਉੱਥੇ ਇੱਕ ਸਵਿਫਟ ਗੱਡੀ ਸੀ ਉਹ ਪੂਰੀ ਪੂਰੀ ਨਹਿਰ ਚ ਪਈ ਹੈ ਤਿੰਨ ਚਾਰ ਦਿਨ ਪਹਿਲਾਂ ਵੀ ਵੱਡੇ ਐਕਸੀਡੈਂਟ ਹੁੰਦੇ ਆ ਜੀ ਇੱਥੇ ਤੇ ਸਰਕਾਰ ਨੂੰ ਇਹੀ ਚਾਹੀਦਾ ਬਤ ਤੋਂ ਬਾਦ ਇੱਥੇ ਰੋਡ ਬਣਾਵੇ